ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਦੱਸਿਆ ਜਾਂਦਾ ਕਿ 28 ਤਰੀਕ ਦਿਨ ਮੰਗਲਵਾਰ ਨੂੰ ਡੇਰਾ ਬਾਬਾ ਧਿਆਨ ਦਾਸ ਵਿਖੇ ਅੱਖਾਂ ਦਾ ਮੁਕਤ ਕੈਂਪ ਲੱਗ ਰਿਹਾ ਜੀ ਜਿਹਦੇ ਵਿੱਚ ਦੇਸੀ ਦਵਾਈ ਵੀ ਦਿੱਤੀ ਜਾਊਗੀ ਦੇਸੀ ਦਵਾਈ ਸਾਰੇ ਮਰੀਜ਼ਾਂ ਨੂੰ ਮੁਕਤ ਦਿੱਤੀ ਜਾਊਗੀ ਉਹਦੇ ਨਾਲ ਨਾਲ ਖੂਨਦਾਨ ਕੈਂਪ ਲੱਗ ਰਿਹਾ ਕਿਉਂਕਿ ਸਭ ਤੋਂ ਵੱਡਾ ਦਾਣ ਆ ਖੂਨ ਦਾਣਾ ਇਹ ਤੁਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਆਪਣੇ ਆਸ-ਪਾਸ ਦੇ ਵੱਧ ਤੋਂ ਵੱਧ ਤੁਸੀਂ ਖੂਨਦਾਨ ਕਰੋ ਤਾਂ ਜੋ ਕਿਸੇ ਲੋੜਵੰਦ ਦੀ ਜਾਨ ਬਚ ਸਕੇ ਤੇ ਜਰੂਰ ਪਹੁੰਚੋ ਦਿਨ ਮੰਗਲਵਾਰ 28 ਫਰਵਰੀ ਡੇਰਾ ਬਾਬਾ ਧਿਆਨ ਦਾਸ ਵਿਖੇ ਵੱਧ ਤੋਂ ਵੱਧ ਸਾਰੇ ਵੀਰਾਂ ਨੇ ਜੂਝ ਸੰਯੋਗ ਦੇਣਾ ਮੌਕਸਰੂ ਟੀਮ ਆਲੀ ਹੈ ਬਲੱਡ ਕੈਂਪ ਦੀ ਕਿਉਂਕਿ ਆਪਾਂ ਲੋੜਵੰਦਾਂ ਨੂੰ ਖੂਨ ਦੇ ਕੇ ਉਹਨਾਂ ਦੀ ਜਾਨ ਬਚਾ ਸਕਦੇ ਆ ਤੇ ਇਹ ਹੀ ਬੇਨਤੀ ਆ ਵੀ ਨਾਲ ਉੱਥੇ ਅੱਖਾਂ ਦਾ ਵੀ ਅੱਖਾਂ ਦੇ ਵੀ ਡਾਕਟਰ ਸਾਹਿਬ ਪਹੁੰਚ ਰਹੇ ਨੇ ਤੇ ਉਸ ਦੇ ਨਾਲ ਦੇਸੀ ਦਵਾਈ ਵੀ ਦਿੱਤੀ ਜਾਊਗੀ ਜਿਹੜੀ ਦੇਸੀ ਦਵਾਈ ਆ ਇਹ ਸੰਗਤ ਨੂੰ ਫ੍ਰੀ ਦਿੱਤੀ ਜਾਊਗੀ ਤਾਂ ਜਰੂਰ ਪਹੁੰਚੋ 28 ਤਰੀਕ ਦਿਨ ਮੰਗਲਵਾਰ ਡੇਰਾ ਬਾਬਾ ਧਿਆਨ ਦਾ ਸਿਖੇ ਤੇ ਮੈਂ ਥੱਲੇ ਪੋਸਟਰ ਵੀ ਸ਼ੇਅਰ ਕਰ ਦੂੰਗਾ ਜੇ ਤੁਹਾਨੂੰ ਲੋੜ ਆ ਤਾਂ ਤੁਸੀਂ ਉਹ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜਿਹੜਾ ਇਹਨਾਂ ਦਾ ਕੈਂਪ ਦੀ ਸਮਾਂ ਜੀ ਉਹ ਹੈਗਾ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਤੇ ਜਰੂਰ ਪਹੁੰਚਣਾ ਖੂਨਦਾਨ 10 ਵਜੇ ਪੂਰਾ ਆਰੰਭ ਹੋ ਜੂਗਾ ਤਾਂ ਉਹਦੇ ਵਿੱਚ ਹਿੱਸਾ ਜ਼ਰੂਰ ਪਾਉਣਾ ਤੇ ਨਾਲ ਜਿਹਨੂੰ ਲੋੜ ਵੰਦਾ ਮਰੀਜ਼ ਨੂੰ ਕਿਸੇ ਨੂੰ ਅੱਖਾਂ ਦੀ ਦਵਾਈ ਲੈਣੀ ਆ ਜਾਂ ਹੋਰ ਵੀ ਦੇਸੀ ਦਵਾਈ ਲੈਣੀ ਆ ਤਾਂ ਜ਼ਰੂਰ ਹਾਈ ਲਵਾਓ ਡੇਰਾ ਬਾਬਾ ਧਿਆਨ ਦਾ ਉਸ ਵਿਖੇ 28 ਤਰੀਕ ਨੂੰ ਜ਼ਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ